ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ। ਮੈਂ ਹਾਂ ਸੁਰਿੰਦਰ ਢੱਲਾ। ਸਭ ਤੋਂ ਪਹਿਲਾਂ ਇੱਕ ਨਜ਼ਰ ਪੰਜਾਬ ਇਸ ਵੇਲੇ ਦੀਆਂ ਚੋਣਵੀਆਂ ਅਤੇ ਖਾਸ ਖਾਸ ਸੁਰਖੀਆਂ 'ਤੇ। ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਮੁਲਾਕਾਤ, ਕੀਤਾ ਐਲਾਨ ਜਲਦ ਹੋ ਸਕਦਾ ਹੈ ਸੁਖਪਾਲ ਖਹਿਰਾ ਅਤੇ ਟਕਸਾਲੀ ਅਕਾਲੀ ਆਗੂਆਂ ਦਾ ਆਪਸ ਵਿੱਚ ਗਠਬੰਧਨ। ਜੇ ਹੁੰਦਾ ਸੁਖਪਾਲ ਖਹਿਰਾ ਅਤੇ ਟਕਸਾਲੀਆਂ ਦਾ ਗਠਬੰਧਨ ਤਾਂ ਪੰਜਾਬ ਵਿੱਚ ਤੀਜਾ ਧੜਾ ਦੇ ਸਕਦਾ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਵੱਡੀ ਚੁਣੌਤੀ। ਸੁਖਪਾਲ ਸਿੰਘ ਖਹਿਰਾ ਨੇ ਅੰਮ੍ਰਿਤਸਰ ਦੌਰੇ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਣੇ ਕਈ ਧਾਰਮਿਕ ਥਾਵਾਂ 'ਤੇ ਟੇਕਿਆ ਮੱਥਾ। ਚੋਣ ਕਮਿਸ਼ਨ ਤੋਂ ਕੀਤੀ ਮੰਗ, ਚੋਣ ਕਮਿਸ਼ਨ ਚੋਣ ਘੋਸ਼ਣਾ ਪੱਤਰ ਨੂੰ ਪਹਿਨਾਵੇ ਕਾਨੂੰਨੀ ਜਾਮਾ। ਖਹਿਰੇ ਨੇ ਕਿਹਾ ਰਾਜਨੀਤਿਕ ਪਾਰਟੀਆਂ ਵੱਡੇ ਵੱਡੇ ਐਲਾਨ ਕਰਕੇ ਕਰਦੀਆਂ ਨੇ ਵੋਟਰਾਂ ਨੂੰ ਗੁੰਮਰਾਹ। ਕਰਤਾਰਪੁਰ ਲਾਂਘੇ ਉੱਤੇ ਹਰਸਿਮਰਤ ਕੌਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਬਿਆਨਬਾਜ਼ੀ ਫੇਰ ਵਧੀ। ਹਰਸਿਮਰਤ ਨੇ ਫੇਰ ਲਾਇਆ ਇਲਜ਼ਾਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਹੀਂ ਕਰ ਰਹੀ ਜ਼ਮੀਨ ਦਾ ਅਧਿਗ੍ਰਹਿਣ। ਕੈਪਟਨ ਅਮਰਿੰਦਰ ਨੇ ਕਿਹਾ 11 ਦਿਨ ਪਹਿਲਾਂ ਗ੍ਰਹਿ ਮੰਤਰਾਲੇ ਨੂੰ ਭੇਜ ਚੁੱਕੇ ਹਾਂ ਮੰਗ ਪੱਤਰ, ਪੰਜਾਬ ਨੂੰ ਨਹੀਂ ਮਿਲੀ ਹਾਲੇ ਤੱਕ ਵਿੱਤੀ ਮਦਦ। ਸੂਬੇ ਭਰ ਵਿੱਚ ਫਿਲਮ ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦਾ ਹੋਇਆ ਵੱਡਾ ਵਿਰੋਧ। ਥਾਂ ਥਾਂ 'ਤੇ ਕਾਂਗਰਸ ਦੇ ਲੀਡਰਾਂ ਨੇ ਕੀਤੀ ਨਾਅਰੇਬਾਜ਼ੀ, ਭਾਰਤੀ ਜਨਤਾ ਪਾਰਟੀ 'ਤੇ ਲਾਇਆ ਫਿਲਮ ਦਾ ਸਿਆਸੀ ਲਾਹਾ ਚੁੱਕਣ ਦਾ ਇਲਜ਼ਾਮ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ, ਡੁੱਬਦੀ ਕਿਸਾਨੀ ਨੂੰ ਬਚਾਉਣ ਦੀ ਕੀਤੀ ਅਪੀਲ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦਾ ਵੀ ਕੀਤਾ ਜ਼ਿਕਰ। ਪੰਜਾਬ ਦੇ ਕਿਸਾਨਾਂ ਲਈ ਮੰਗਿਆ ਉਤਪਾਦਨ ਆਧਾਰਿਤ ਸਿੱਧੀ ਸਬਸਿਡੀ ਆਮਦਨੀ ਦਾ ਲਾਭ। ਪੰਜਾਬ ਵਿੱਚ ਥਾਂ ਥਾਂ 'ਤੇ ਨਵੇਂ ਚੁਣੇ ਗਏ ਪੰਚਾਂ ਅਤੇ ਸਰਪੰਚਾਂ ਨੂੰ ਚੁਕਾਈ ਗਈ ਸਹੁੰ। ਪਟਿਆਲਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਹੋਇਆ ਪੰਜਾਬ ਪੱਧਰੀ ਸਮਾਗਮ। ਕੈਪਟਨ ਅਮਰਿੰਦਰ ਦਾ ਦਾਅਵਾ, ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਤਾਉਣਗੇ ਕਾਂਗਰਸ ਦੇ ਪੰਚ ਅਤੇ ਸਰਪੰਚ। ਅਤੇ ਹੁਣ ਸੁਰਖੀਆਂ ਦਾ ਵਿਸਥਾਰ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਖਪਾਲ ਸਿੰਘ ਖਹਿਰਾ ਦੀ। ਸੁਖਪਾਲ ਸਿੰਘ ਖਹਿਰਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਨਾਲ ਅੰਮ੍ਰਿਤਸਰ ਵਿੱਚ ਬੈਠਕ ਕੀਤੀ। ਇਸ ਮੌਕੇ ਉਹਨਾਂ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਖਾਸ ਤੌਰ 'ਤੇ ਵਿਚਾਰ ਸਾਂਝੇ ਕੀਤੇ। ਸੰਭਾਵਨਾ ਬਣ ਰਹੀ ਹੈ ਕਿ ਟਕਸਾਲੀ ਆਗੂ ਵੀ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਨਾਲ ਗੱਠਜੋੜ ਕਰਕੇ ਪੰਜਾਬ ਵਿੱਚ ਮਹਾਂਗਠਬੰਧਨ ਦਾ ਹਿੱਸਾ ਬਣ ਸਕਦੇ ਨੇ। ਕਾਬਲੇ ਜ਼ਿਕਰ ਹੈ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਪਹਿਲਾਂ ਹੀ ਡੈਮੋਕ੍ਰੇਟਿਕ ਗਠਬੰਧਨ ਦਾ ਐਲਾਨ ਕੀਤਾ ਜਾ ਚੁੱਕਿਆ, ਜਿਸ ਵਿੱਚ ਸਿਮਰਜੀਤ ਸਿੰਘ ਬੈਂਸ ਦੀ ਪਾਰਟੀ ਅਤੇ ਡਾਕਟਰ ਧਰਮਵੀਰ ਗਾਂਧੀ ਦਾ ਫਰੰਟ ਵੀ ਇਕੱਠਾ ਹੋ ਸਕਦਾ। ਆਉਂਦੇ ਦਿਨਾਂ ਵਿੱਚ ਪੰਜਾਬ ਵਿੱਚ ਬਸਪਾ ਵੀ ਸੁਖਪਾਲ ਖਹਿਰੇ ਨਾਲ ਆ ਸਕਦੀ ਹੈ। ਭਾਵੇਂ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵੱਲੋਂ ਵੀ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੀ ਸੀ, ਪਰ ਟਕਸਾਲੀ ਆਗੂਆਂ ਦੀ ਸੁਖਪਾਲ ਖਹਿਰਾ ਨਾਲ ਮੀਟਿੰਗ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਜੇ ਸਾਰੀਆਂ ਵਿਰੋਧੀ ਧਿਰਾਂ ਸੁਖਪਾਲ ਸਿੰਘ ਖਹਿਰਾ ਦੇ ਫਰੰਟ ਦੇ ਆਲੇ ਦੁਆਲੇ ਇਕੱਠੀਆਂ ਹੁੰਦੀਆਂ ਨੇ ਤਾਂ ਪੰਜਾਬ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਕਾਂਗਰਸ ਅਤੇ ਅਕਾਲੀ ਭਾਜਪਾ ਨੂੰ ਵੱਡਾ ਮੁਕਾਬਲਾ ਦਿੱਤਾ ਜਾ ਸਕੇਗਾ। ਦੇਖੋ, ਗੱਲ ਇਹ ਆ ਕਿ ਰਾਜਨੀਤੀ ਦੇ ਵਿੱਚ ਗੱਲਬਾਤ ਕਰਨਾ ਕਿਸੇ ਨਾਲ ਵੀ ਕੋਈ ਗੁਨਾਹ ਅਤੇ ਕੋਈ ਮਨਾਹੀ ਨਹੀਂ ਗੀ, ਬਲਕਿ ਮੈਂ ਅੰਦਰ ਬੈਠੇ ਬ੍ਰਹਮਪੁਰਾ ਸਾਹਿਬ ਨੂੰ ਇਹ ਕਿਹਾ ਸੀਗਾ ਕਿ ਅਗਰ ਸਾਰੇ ਸਹਿਮਤ ਹੋਣਗੇ ਤਾਂ ਅਗਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਾਂਗਰਸ ਨਾਲ ਸਮਝੌਤਾ ਨਹੀਂ ਕਰ ਰਹੀ ਦਿੱਲੀ ਵਿੱਚ ਜਾਂ ਪੰਜਾਬ ਦੇ ਵਿੱਚ, ਅਤੇ ਉਹ ਕਹਿਣ ਕਿ ਹਾਂ ਅਸੀਂ ਐਂਟੀ
ਕਾਂਗਰਸ ਤੇ ਐਂਟੀ ਬਾਦਲ ਦਲ ਇਲੈਕਸ਼ਨ 'ਚ ਪਾਰਟੀਸਪੇਟ ਕਰਨ, ਅਸੀਂ ਉਹਨਾਂ ਨੂੰ ਵੀ ਕਹਾਂਗੇ ਕਿ ਆ ਜਾਣ, ਠੀਕ ਆ ਸਾਡੇ ਨਾਲ ਉਹਨਾਂ ਦਾ ਤੋੜ ਵਿਛੋੜਾ ਹੋਇਆ ਵਾ, ਪਰ ਅਲਟੀਮੇਟਲੀ ਏਮ ਕੀ ਆ? ਅਲਟੀਮੇਟਲੀ ਏਮ ਹੈ ਕਿ ਸਟੇਟ ਨੂੰ ਬਚਾਉਣਾ ਕਿੱਦਾਂ, ਪੰਜਾਬ ਦੇ ਇਸ਼ੂਜ਼ ਨੂੰ ਕਿਸ ਤਰ੍ਹਾਂ ਅਸੀਂ ਇਹਨਾਂ ਦੇ ਚੁੰਗਲ 'ਚੋਂ, ਅਸੀਂ ਇਹ ਜਿਹੜੇ ਮੈਂ ਤੁਹਾਨੂੰ ਇਸ਼ੂਜ਼ ਗਿਣਾਏ ਨੇ ਇਹਦੇ ਨਾਲ ਬਹੁਤ ਹੋਰ ਇਸ਼ੂਜ਼ ਨੇ, ਅਸੀਂ ਪੰਜਾਬ, ਆਵਰ ਏਮ ਇਜ਼ ਪੰਜਾਬ, ਆਵਰ ਏਮ ਇਜ਼ ਨੋਟ ਕਿ ਕੌਣ ਕਿਹਦੀ ਈਗੋ ਹੋਮੇ ਕਿਹਦੀ ਕਿਹਦੇ ਨਾਲ ਹੈਗੀ, ਨਥਿੰਗ ਡੂਇੰਗ ਐਟ ਆਲ। ਤਾਂ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਾ ਵਾਂ, ਔਰ ਮੈਂ ਹੁਣ ਬ੍ਰਹਮਪੁਰਾ ਸਾਹਿਬ ਨੂੰ ਕਹੂੰਗਾ ਸਗੋਂ ਕਿ, ਕਿਉਂਕਿ ਉਹਨਾਂ ਦੇ ਕੋਲ ਮਿਲ ਕੇ ਗਏ ਸੀਗੇ, ਕਿ ਅਗਰ ਉਹਨਾਂ ਨੇ ਇਕੱਲਿਆਂ ਨੇ ਇਲੈਕਸ਼ਨ ਲੜਨੀ, ਇਕੱਲੇ ਲੜਨ ਨਾਲੋਂ ਓਪੋਜੀਸ਼ਨ ਦੀ ਵੋਟ ਡਿਵਾਈਡ ਕਰਨ ਨਾਲੋਂ ਉਹ ਵੀ ਸਾਡੇ ਗੱਠਜੋੜ ਵਿੱਚ ਸ਼ਾਮਿਲ ਹੋਏ। ਇਹ ਵੀ ਮਿਲੇ, ਉਹ ਵੀ ਮਿਲੇ, ਮੇਰਾ ਖਿਆਲ ਵੀ ਹੁਣ ਵਿਚਾਰ ਕਿਤੇ ਵੱਲ ਵਧੀਆ ਲੱਗੇ ਨੇ, ਲੋਕਾਂ ਨੂੰ ਮਿਲੇ ਆ ਵਿਚਾਰ ਕਿਤੇ ਵਧੀਆ ਲੱਗੇ ਨੇ, ਸਾਰਿਆਂ ਦੇ ਵਿਚਾਰ ਬਹੁਤ ਹੀ ਵਧੀਆ ਨੇ, ਔਰ ਮੈਂ ਸਮਝਦਾ ਸਾਰੇ ਹੀ ਚਾਹੁੰਦੇ ਵੀ ਉਹਨਾਂ ਨੂੰ ਰਾਈਏ। ਤੁਹਾਡਾ ਦਿਲ ਕਿੱਧਰ ਆ? ਮੇਰਾ ਵੀ ਦੇ ਦੇ ਦਰੀ, ਤੁਹਾਡਾ ਆਸ਼ੀਰਵਾਦ ਕਿਤੇ ਤੇ ਭਈ? ਅਸੀਂ ਨਾ ਅਸੀਂ ਤੇ ਇੱਕ ਟੱਬਰ ਬਣਨਾ ਚਾਹੁੰਦੇ ਆ, ਇਕੱਠੇ ਹੋਣਾ ਚਾਹੁੰਦੇ ਆ, ਇਕੱਠੇ ਹੋ ਕੇ ਅਸੀਂ ਉਹਨਾਂ ਦੇ ਖਿਲਾਫ ਲੜਾਈ ਲੜਨੀ ਨਾ, ਅਲਾਇੰਸ ਕਰ ਰਹੇ ਆ। ਜਦੋਂ ਅਲਾਇੰਸ ਵੀ ਇੱਕ ਟੱਬਰ ਬਣਦਾ, ਫਿਰ ਜਦੋਂ ਅਲਾਇੰਸ ਕਰੀਦਾ ਉਹ ਵੀ ਇੱਕ ਟੱਬਰ ਬਣ ਜਾਂਦਾ। ਇਹ ਮੰਨ ਲਿਆ ਜਾਵੇ ਕਿ ਆਮ ਆਦਮੀ ਪਾਰਟੀ ਤੇ ਪੰਜਾਬੀ ਏਕਤਾ ਪਾਰਟੀ ਵੀ ਇਕੱਠੇ, ਤੁਸੀਂ ਹੁਣ ਇਕੱਠੇ ਹੋ ਗਏ ਜੀ? ਹਾਂਜੀ, ਸਭ ਕੁਛ ਹੋ ਗਿਆ, ਠੀਕ ਠਾਕ ਹੈ ਸਾਡਾ, ਪਹਿਲਾਂ ਵੀ ਠੀਕ ਹੈ ਹੁਣ ਵੀ ਠੀਕ ਆ। ਅਸੀਂ ਉਹਨਾਂ ਦੇ ਖਿਲਾਫ ਆ, ਇਹ ਵੀ ਪਹਿਲਾਂ ਉਹਨਾਂ ਦੇ ਖਿਲਾਫ ਆ, ਹੁਣ ਇਹ ਚਾਹੁੰਦੇ ਆ ਕਿ ਸਾਰੇ ਇਕੱਠੇ ਹੋ ਕੇ ਵੋਟਾਂ ਮੰਡੀਆਂ ਜਾਣ ਤੇ ਇੱਕ ਥਾਂ ਹੋ ਕੇ ਇੱਕ ਖਿਆਲ ਨਾਲ ਇਹ ਸਭ ਕੁਛ ਆਪਾਂ ਕਰੀਏ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਹਨਾਂ ਅੰਮ੍ਰਿਤਸਰ ਵਿਖੇ ਵੱਖ ਵੱਖ ਧਾਰਮਿਕ ਥਾਵਾਂ ਦੀ ਯਾਤਰਾ ਕੀਤੀ। ਇਹਨਾਂ ਯਾਤਰਾਵਾਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕਰਦੇ ਨੇ ਕਿ ਚੋਣ ਘੋਸ਼ਣਾ ਪੱਤਰਾਂ ਨੂੰ ਕਾਨੂੰਨੀ ਦਸਤਾਵੇਜ਼ ਦੇ ਤੌਰ 'ਤੇ ਮਾਨਤਾ ਦਿੱਤੇ ਜਾਣ ਦਾ ਪ੍ਰਬੰਧ ਕੀਤਾ ਜਾਵੇ। ਕਾਬਲੇ ਜ਼ਿਕਰ ਹੈ ਕਿ ਹਰ ਵਰੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਡੇ ਵੱਡੇ ਵਾਅਦੇ ਅਤੇ ਲਾਰੇ ਲਾ ਕੇ ਆਮ ਵੋਟਰਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਵਾਅਦਿਆਂ ਨੂੰ ਭੁੱਲ ਜਾਂਦੀਆਂ ਨੇ। ਸੁਖਪਾਲ ਖਹਿਰਾ ਚਾਹੁੰਦੇ ਨੇ ਕਿ ਪੰਜਾਬ ਵਿੱਚ ਅਤੇ ਮੁਲਕ ਵਿੱਚ ਜਦੋਂ ਚੋਣ ਸੁਧਾਰਾਂ ਦੀ ਗੱਲ ਹੁੰਦੀ ਹੈ ਤਾਂ ਚੋਣ ਕਮਿਸ਼ਨ ਇਸ ਗੱਲ ਦਾ ਖਿਆਲ ਰੱਖੇ ਕਿ ਕਿਹੜੇ ਵਾਅਦੇ ਚੋਣ ਘੋਸ਼ਣਾ ਪੱਤਰ ਵਿੱਚ ਪਾਏ ਜਾ ਸਕਣ ਅਤੇ ਕਿਹੜੇ ਨਹੀਂ। ਉਹਨਾਂ ਕਿਹਾ ਕਿ ਇਹਦੇ ਲਈ ਵੱਡੇ ਪੱਧਰ 'ਤੇ ਸੋਚਣ ਅਤੇ ਕਾਰਵਾਈ ਕਰਨ ਦੀ ਜ਼ਰੂਰਤ ਹੈ। ਦਰਬਾਰ ਸਾਹਿਬ, ਦੁਰਗਿਆਨਾ ਮੰਦਰ, ਰਾਮ ਤੀਰਥ ਦੇ ਪਵਿੱਤਰ ਅਸਥਾਨਾਂ 'ਤੇ ਆਣ ਕੇ ਆਪਣੇ ਸੂਬੇ ਲਈ ਅਰਦਾਸ ਕਰਨ ਆਇਆ ਕਿ ਜਿਹੜੀ ਸਾਡੀ ਪੰਜਾਬ ਦੇ ਲੋਕਾਂ ਦੀ ਆਮ ਜਨਤਾ ਦੀ ਪਾਰਟੀ ਬਣੀ ਹੈ ਪੰਜਾਬੀ ਏਕਤਾ ਪਾਰਟੀ, ਉਸ ਨੂੰ ਸਮਰੱਥਾ ਬਖਸ਼ੇ ਵਾਹਿਗੁਰੂ ਪਰਮਾਤਮਾ, ਕਿ ਜੋ ਸਾਡਾ ਪੰਜਾਬ ਜਿਸ ਦਾ ਬੇੜਾ ਗਰਕ ਕਰ ਦਿੱਤਾ ਇਹਨਾਂ ਨੇ, ਇਸ ਨੂੰ ਤਹਿਸ਼ ਨਹਿਸ਼ ਕਰਤਾ ਲਾਲਚੀ ਲੋਕਾਂ ਨੇ, ਕਰਪਟ ਪਾਰਟੀਆਂ ਨੇ, ਉਸ ਨੂੰ ਅੱਜ ਦੇ ਜਿਹੜੀਆਂ ਉਹਦੀਆਂ ਚੁਣੌਤੀਆਂ ਉਹਦੇ ਤੋਂ ਬਾਹਰ ਕੱਢਿਆ ਜਾ ਸਕੇ, ਪੰਜਾਬ ਦਾ ਸ਼ਾਨਦਾਰ ਇਤਿਹਾਸ ਬਹਾਲ ਕੀਤਾ ਜਾ ਸਕੇ, ਔਰ ਜੋ ਨਸ਼ੇ ਨੇ ਪੰਜਾਬ 'ਚ, ਜੋ ਬੇਰੁਜ਼ਗਾਰੀ ਆ, ਜੋ ਭ੍ਰਿਸ਼ਟਾਚਾਰ ਹੈ, ਜੋ ਕਿਸਾਨ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਹੇ ਨੇ, ਸਾਡੇ ਆਮ ਦਰਮਿਆਨੇ ਵਪਾਰੀ ਉਹ ਪਿਸ ਰਹੇ ਨੇ, ਐਜੂਕੇਸ਼ਨ, ਹੈਲਥ ਕੇਅਰ ਢਹਿ ਢੇਰੀ ਹੋ ਚੁੱਕੀ ਆ, 2.5 ਲੱਖ ਕਰੋੜ ਦਾ ਕਰਜ਼ਾ ਚੜ੍ਹ ਚੁੱਕਿਆ ਸਟੇਟ 'ਤੇ, ਪਿਛਲੇ ਕੁਛ ਦਹਾਕਿਆਂ 'ਚ ਸਾਡੇ ਇੱਥੋਂ ਦੇ ਪੋਲੀਟੀਕਲ ਲੀਡਰਸ਼ਿਪ ਨੇ ਇਲੈਕਟੋਰਲ ਪ੍ਰਣਾਲੀ, ਜਿਹੜੀ ਚੋਣ ਪ੍ਰਣਾਲੀ ਉਹਦਾ ਉਸਨੂੰ ਬਹੁਤ ਬੁਰੀ ਤਰ੍ਹਾਂ ਪਲਿਊਟ ਅਤੇ ਕਰਪਟ ਕੀਤਾ ਵਾ। ਸਾਰੀਆਂ ਚੋਣਾਂ ਵਿੱਚ ਸ਼ਰਾਬ, ਪੈਸਾ, ਪੁੱਕੀ, ਡੋਡੇ, ਨਸ਼ੇ, ਇਹ ਸਾਰੀਆਂ ਗੱਲਾਂ ਤੋਂ ਨਜਾਤ ਦਿਵਾਉਣ ਵਾਸਤੇ ਅਸੀਂ ਆਪਣੀ ਇਹ ਪੰਜਾਬੀ ਏਕਤਾ ਪਾਰਟੀ ਖੜੀ ਕੀਤੀ ਆ, ਔਰ ਉਸ ਲਈ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਸ਼ਕਤੀ ਪ੍ਰਾਪਤ ਕਰਨ ਵਾਸਤੇ, ਤਾਂ ਕਿ ਇਹਨਾਂ ਨਾਲ ਲੜਨਾ, ਇਹ ਬਹੁਬਲੀ ਤਾਕਤਵਰ ਪੋਲੀਟੀਕਲ ਪਾਰਟੀਆਂ ਨਾਲ ਲੜ ਸਕੀਏ, ਇਹ ਉਹਨਾਂ ਦੇ ਚਰਨਾਂ ਵਿੱਚ ਵਾਹਿਗੁਰੂ ਦੇ ਅਰਦਾਸ ਕਰਨ ਲਈ ਹਾਜ਼ਰ ਹੋਇਆ। ਉਧਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਨਅਤੀ ਕੇਂਦਰ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਅੱਜ ਸਾਬਕਾ ਪੁਲਿਸ ਮੁਖੀ
KPS ਗਿੱਲ ਤੇ ਲਿਖੀ ਗਈ ਕਿਤਾਬ ਦੇ ਤੱਥਾਂ ਨੂੰ ਲੈ ਕੇ ਅਸਹਿਮਤੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ KPS ਗਿੱਲ ਨੂੰ ਇਸ ਕਿਤਾਬ ਵਿੱਚ ਦਿਖਾਇਆ ਗਿਆ ਉਹ ਬਿਲਕੁਲ ਸਹੀ ਨਹੀਂ ਹੈ। ਰਵਨੀਤ ਸਿੰਘ ਬਿੱਟੂ ਵੱਖ ਵੱਖ ਮੁੱਦਿਆਂ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪਰਿਵਾਰ ਅਤੇ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਫਿਲਮ ਬਣਾਉਣ ਨੂੰ ਵੀ ਮੰਦਭਾਗਾ ਦੱਸਿਆ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਨੇ ਵੀ 10% ਰਾਖਵੇਂਕਰਨ ਦਾ ਵਾਅਦਾ ਕੀਤਾ ਸੀ ਪਰ ਭਾਰਤੀ ਜਨਤਾ ਪਾਰਟੀ ਵੱਲੋਂ ਸਿਰਫ ਜੁਮਲਾ ਕੀਤਾ ਗਿਆ। ਦੇਖੋ, ਮੈਂ 2-3 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਇੱਕ ਤਾਂ ਖਾਸ ਤੌਰ 'ਤੇ ਜਿਹੜੀ ਪਿਛਲੇ ਦਿਨ 'ਚ ਅਖਬਾਰਾਂ 'ਚ ਆਈ, ਮੀਡੀਆ 'ਚ ਆਈ, ਜਿਹੜੇ ਸਾਡੇ DGP ਰਹੇ ਆ KPS ਗਿੱਲ ਸਾਹਿਬ, ਉਹਨਾਂ ਦੇ ਇੱਕ ਕਿਤਾਬ ਜਿਹੜੀ ਆ ਰਿਲੀਜ਼ ਕਰਵਾਈ ਗਈ ਆ, ਬੜੀ ਮੰਦਭਾਗੀ ਗੱਲ ਆ। ਜਿਸ ਸ਼ਖਸ ਨੇ ਪੰਜਾਬ ਨੂੰ ਅਮਨ ਸ਼ਾਂਤੀ ਦਿੱਤੀ ਹੋਵੇ, ਜਿਹਨੇ ਪੰਜਾਬ ਦੇ ਲਈ ਲੜਾਈ ਲੜੀ ਹੋਵੇ, ਹਮੇਸ਼ਾ ਆਪਣਾ ਪਰਿਵਾਰ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਪਰਵਾਹ ਨਹੀਂ ਕੀਤੀ ਹੋਵੇ, ਅੱਜ ਉਹਨਾਂ ਬਾਰੇ ਇਹੋ ਜਿਹੀਆਂ ਕਿਤਾਬਾਂ ਜਿਹੜੀਆਂ ਉਹ ਗੋਲਡਨ ਟੈਂਪਲ ਦਰਬਾਰ ਸਾਹਿਬ 'ਚ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਵੇ, ਇਹ ਬੜੀ ਮੰਦਭਾਗੀ ਗੱਲ ਆ, ਨਿੰਦਣਯੋਗ ਗੱਲ ਆ। ਇਹ ਵਾਕਈ ਗੱਲ ਆ, ਜੇ ਕਿਸੇ 'ਚ ਹਿੰਮਤ ਸੀ, ਅੱਜ ਉਹ ਹੈ ਨਹੀਂ ਗੇ, ਅੱਜ ਉਹ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕਦੇ ਕਿਉਂਕਿ ਉਹ ਅੱਜ ਇਸ ਦੁਨੀਆ 'ਚ ਨਹੀਂ ਗੇ। ਹਿੰਮਤ ਸੀ, ਚੰਗਾ ਹੁੰਦਾ ਜਦੋਂ ਉਹਨਾਂ ਦੇ ਜਿਉਂਦਿਆਂ 'ਤੇ, ਕਿਉਂਕਿ 80 ਸਾਲ ਤੋਂ ਉੱਤੇ ਉਹਨਾਂ ਦੀ ਉਮਰ ਰਹੀ ਆ, ਰਿਟਾਇਰਮੈਂਟ ਤੋਂ ਬਾਅਦ ਵੀ ਉਹ ਐਕਟਿਵ ਰਹੇ ਨੇ, ਉਹਨਾਂ ਦੇ ਹੁੰਦੇ ਜੇ ਕੋਈ ਵੀ ਸ਼ਖਸ ਆ ਉਸ ਵੇਲੇ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਲਿਖਣੀਆਂ ਚਾਹੀਦੀਆਂ ਸੀ। ਡਾਕਟਰ ਮਨਮੋਹਨ ਸਿੰਘ ਜੀ ਇੱਕ ਪੱਗ ਵਾਲੇ, ਜਿਨ੍ਹਾਂ ਨੇ ਦੁਨੀਆ 'ਚ ਨਾਂ ਰੋਸ਼ਨ ਕੀਤਾ, ਦੁਨੀਆ ਅਮੈਰੀਕਾ ਵਰਗਾ ਦੇਸ਼ ਉਹਨਾਂ ਦਾ ਲੋਹਾ ਮੰਨਦਾ, ਪ੍ਰੋਫੈਸਰ ਰਹੇ, RBI ਦੇ ਗਵਰਨਰ ਰਹੇ, ਫਾਈਨਾਂਸ ਮਿਨਿਸਟਰ ਰਹੇ, 10 ਸਾਲ ਕੋਈ ਪੰਜਾਬੀ ਇੱਕ ਸਿੱਖ ਪ੍ਰਧਾਨ ਮੰਤਰੀ ਰਿਹਾ, ਉਹਦੇ ਉੱਤੇ ਇਹੋ ਜਿਹੀ ਫਿਲਮ ਬਣਾਉਣੀ ਬਹੁਤ ਹੀ, ਮੈਂ ਸਮਝਦਾ ਇਹ ਤਾਂ ਜ਼ਮੀਨੀ ਪੱਧਰ ਤੋਂ ਵੀ ਥੱਲੇ ਡਿੱਗਣ ਵਾਲੀ ਜਿਹੜੀ ਹਰਕਤ ਆ ਉਹ BJP RSS ਨੇ ਕੀਤੀ ਆ, ਅਤੇ ਪੰਜਾਬ ਦੇ ਲੋਕ ਬਹੁਤ ਇਸ ਗੱਲ ਤੋਂ ਆਹਤ ਨੇ ਵੀ ਜਿਹੜਾ ਇੱਕ ਜਿਹਨੇ ਪੱਗ ਨੂੰ, ਜਿਹਨੇ ਪੰਜਾਬ ਦਾ, ਜਿਹਨੇ ਲੋਹਾ ਦੁਨੀਆ 'ਚ ਮਨਾਇਆ ਹੋਵੇ ਉਹਦਾ ਇਹ ਮਖੌਲ ਉਡਾਉਣ, ਤਮਾਸ਼ਾ ਉਡਾਉਣ, ਇਹਦੀ ਸਜ਼ਾ ਵੀ ਜਿਹੜਾ ਪੰਜਾਬ ਆ, ਪੰਜਾਬ ਦੇ ਲੋਕ ਆ ਜਿਹੜੇ 2019 'ਚ ਦੇਣਗੇ। ਉਧਰ ਅੱਜ ਮੁਲਕ ਭਰ ਵਿੱਚ ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਫਿਲਮ ਰਿਲੀਜ਼ ਹੋਈ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਮੁਲਕ ਦੇ ਵੱਖ ਵੱਖ ਹਿੱਸਿਆਂ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਰੋਸ ਵਿਖਾਵੇ ਕੀਤੇ ਗਏ। ਸਨਅਤੀ ਕੇਂਦਰ ਲੁਧਿਆਣਾ ਵਿਖੇ ਵੀ ਸਿਨੇਮਾ ਹਾਲ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਮੁਰਦਾਬਾਦ ਦੇ ਨਾਰੇ ਵੀ ਮਾਰੇ ਗਏ। ਬੜੇ ਦੁੱਖ ਦੀ ਗੱਲ ਹੈ, ਸਾਡੇ ਦੇਸ਼ ਦੇ 10 ਸਾਲ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਬਾਰੇ ਅੱਜ ਇੱਦਾਂ ਐਕਸੀਡੈਂਟ ਪ੍ਰਧਾਨ ਮੰਤਰੀ ਫਿਲਮ ਬਣਾਈ ਗਈ ਹੈ ਜਿਹਦੇ ਵਿੱਚ ਪ੍ਰਧਾਨ ਮੰਤਰੀ ਜੀ ਬਾਰੇ ਬਹੁਤ ਗਲਤ ਟਿੱਪਣੀ ਕੀਤੀ ਗਈ ਹੈ, ਕਈ ਗਲਤ ਸੀਨ ਦਿਖਾਈ ਗਏ ਆ ਸਾਡੀ, ਜਿਹਦੇ ਕਾਰਨ ਕਾਂਗਰਸ ਪਾਰਟੀ ਅਤੇ ਸਾਡੇ ਪ੍ਰਧਾਨ ਮੰਤਰੀ ਜੀ ਦੀ ਛਵੀ ਨੂੰ ਖਰਾਬ ਕੀਤਾ ਗਿਆ। ਇਸ ਕਾਰਨ ਸਵੇਰ ਦਾ ਹੀ ਉਹ ਕਾਂਗਰਸ ਦਫ਼ਤਰ ਸਾਰੇ ਵਰਕਰ, ਤਰ੍ਹਾਂ ਤਰ੍ਹਾਂ ਦੇ ਲੋਕ ਜਿਹੜੇ ਪ੍ਰਧਾਨ ਮੰਤਰੀ ਜੀ ਨਾਲ ਪਿਆਰ ਕਰਦੇ ਆ, ਮਨਮੋਹਨ ਸਿੰਘ ਨਾਲ, ਕਾਂਗਰਸ ਨਾਲ ਪਿਆਰ ਕਰਦੇ ਆ, ਉਹ ਰਲ ਕੇ ਪੂਰੇ ਲੁਧਿਆਣੇ ਸ਼ਹਿਰ ਵਿੱਚ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿ ਜਿੱਥੇ ਜਿੱਥੇ ਫਿਲਮ ਲੱਗੀ ਹੈ, ਸਾਨੂੰ ਪਤਾ ਲੱਗਿਆ ਕਿ 10 ਦੇ ਸ਼ੋਅ 'ਚ ਪਹਿਲਾ ਸ਼ੋਅ ਹੈ, ਕੋਈ ਬੰਦਾ ਅੰਦਰ ਨਹੀਂ, ਸਾਰਾ ਖਾਲੀ ਪਿਆ, ਕਿਉਂਕਿ ਲੋਕ ਪਿਆਰ ਕਰਦੇ ਕਾਂਗਰਸ ਪਾਰਟੀ ਨਾਲ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨਾਲ। ਮੋਦੀ ਸਰਕਾਰ ਨੇ, ਕਿਉਂਕਿ ਸੁਪਰੀਮ ਕੋਰਟ ਨੇ ਇੱਕ ਆਰਡਰ ਕੀਤਾ ਸੀ ਫਿਲਮ ਲੱਗਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੀ ਨੂੰ, ਮਨਮੋਹਨ ਸਿੰਘ ਜੀ ਨੂੰ ਅਤੇ ਉਹਨਾਂ ਦੇ ਰਾਜਨੀਤੀ ਸਕੱਤਰ ਮੀਡੀਆ ਬਾਗਰੂ ਜੀ ਨੂੰ ਇਹ ਫਿਲਮ ਦਿਖਾਈ ਜਾਵੇ, ਪਰ ਇਹਨਾਂ ਨੇ ਬਿਨਾਂ ਫਿਲਮ ਦਿਖਾਏ ਇਹ ਸ਼ੋਅ ਕਰਤਾ ਅਤੇ ਅੱਜ ਪਹਿਲਾ ਸ਼ੋਅ ਹੈ ਇਹਨਾਂ ਨੇ ਰਿਲੀਜ਼ ਕੀਤਾ ਸੀ ਪੂਰੇ ਪੰਜਾਬ ਦੇ ਵਿੱਚ ਸ਼ਾਂਤੀਪੂਰਨ ਢੰਗ ਨਾਲ, ਕਿਉਂਕਿ ਸਾਡੀ ਸਰਕਾਰ ਹੈ, ਪਰ ਇਹਨਾਂ ਦੀ ਕੇਂਦਰ ਸਰਕਾਰ, ਇਹਨਾਂ ਨੇ ਧੱਕੇ ਨਾਲ ਅੱਜ ਰਿਲੀਜ਼ ਕੀਤੀ ਹੈ, ਅਸੀਂ ਰਿਲੀਜ਼ ਨਹੀਂ ਹੋ ਦਾਂਗੇ। ਫੋਰਸ ਡਿਪਲੋਇਮੈਂਟ ਕੀਤਾ ਹੋਇਆ ਅਤੇ ਪਹਿਲੇ ਤੋਂ ਜਿੱਥੇ ਵੀ ਸਾਨੂੰ ਲੱਗਿਆ ਕਿ ਸੈਂਸਿਟਿਵ ਪੁਆਇੰਟਸ ਨੇ ਉੱਥੇ ਅਸੀਂ ਪ੍ਰੀਕੋਸ਼ਨਰੀ ਮੈਜਰਸ ਦਿੱਤੇ ਹੋਏ ਤਾਂ ਕਿ ਪੀਸਫੁਲੀ ਸਭ ਕੁਝ ਹੋ ਸਕੇ।
ਇਸ ਦੇ ਬਾਰੇ ਤੁਹਾਨੂੰ ਮੌਲ ਅਥੋਰਿਟੀਜ਼ ਬੈਟਰ ਦੱਸ ਪਾਉਣਗੇ। ਅਸੀਂ ਬਾਹਰ ਦਾ ਇੰਤਜ਼ਾਮ ਕਰ ਰਿਹਾ ਹੈਗਾ ਸਿਕਿਉਰਿਟੀ ਦਾ, ਅਤੇ ਉਸਦੇ ਵਿੱਚ ਅਸੀਂ ਪੁਖਤਾ ਇੰਤਜ਼ਾਮ ਰੱਖਾਂਗੇ। ਉੱਧਰ ਜਲੰਧਰ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ। ਜਲੰਧਰ ਵਿੱਚ ਵੀ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਫਿਲਮ ਰਿਲੀਜ਼ ਹੋਣ ਦੇ ਰੋਸ ਵਜੋਂ ਕਾਂਗਰਸੀ ਵਰਕਰਾਂ ਨੇ ਇਲਜ਼ਾਮ ਲਾਇਆ ਕਿ ਇਸ ਫਿਲਮ ਪਿੱਛੇ ਭਾਰਤੀ ਜਨਤਾ ਪਾਰਟੀ ਹੈ। ਕਾਬਲੇ ਜ਼ਿਕਰ ਹੈ ਕਿ ਭਾਜਪਾ ਦੇ ਆਗੂ ਅਤੇ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਬੀਬੀ ਕਿਰਨ ਖੈਰ ਦੇ ਪਤੀ ਅਨੁਪਮ ਖੈਰ ਇਸ ਫਿਲਮ ਵਿੱਚ ਮਨਮੋਹਨ ਸਿੰਘ ਦੀ ਭੂਮਿਕਾ ਅਦਾ ਕਰ ਰਹੇ ਨੇ, ਜਦਕਿ ਗੁਰਦਾਸਪੁਰ ਦੇ ਸਾਬਕਾ ਮੈਂਬਰ ਪਾਰਲੀਮੈਂਟ ਵਿਨੋਦ ਖੰਨਾ ਦੇ ਪੁੱਤਰ ਅਕਸ਼ੇ ਖੰਨਾ ਵੀ ਇਸ ਫਿਲਮ ਵਿੱਚ ਸੰਜੇ ਬਾਰੂ ਦਾ ਕਿਰਦਾਰ ਨਿਭਾ ਰਹੇ ਨੇ। ਅਜਿਹੇ ਵਿੱਚ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਫਿਲਮ ਦੇ ਪਿੱਛੇ ਹੈ ਅਤੇ ਇਸ ਦਾ ਸਿਆਸੀ ਲਾਹਾ ਲੈਣ ਲਈ ਇਸ ਨੂੰ ਤਿਆਰ ਕੀਤਾ ਗਿਆ। ਹਾਲਾਂਕਿ ਕੁਝ ਸਮਾਂ ਪਹਿਲਾਂ ਇਸ ਫਿਲਮ ਦੇ ਪ੍ਰਬੰਧਕਾਂ ਨੇ ਸਾਰੇ ਸਿਆਸੀ ਹੱਥ ਹੋਣ ਦੇ ਇਲਜ਼ਾਮ ਨਕਾਰ ਦਿੱਤੇ ਸਨ। ਆਓ ਸੁਣਦੇ ਹਾਂ ਜਲੰਧਰ ਵਿੱਚ ਪ੍ਰਦਰਸ਼ਨ ਦੌਰਾਨ ਕਾਂਗਰਸੀ ਵਰਕਰਾਂ ਨੇ ਆਪਣਾ ਗੁੱਸਾ ਕਿਵੇਂ ਕੱਢਿਆ। ਦੇਖੋ, ਉਸ ਪ੍ਰਧਾਨ ਮੰਤਰੀ ਨੂੰ ਅੱਜ ਵੀ ਉਹਨਾਂ ਦੀ ਜਿਹੜੀ 10 ਸਾਲ ਦਾ ਉਹਨਾਂ ਨੇ ਰਾਜ ਕੀਤਾ, ਅੱਜ ਵੀ ਉਹਨਾਂ ਨੂੰ ਦੁਨੀਆ ਯਾਦ ਕਰਦੀ ਹੈ, ਲੋਹਾ ਮੰਨਦੀ ਹੈ। ਅਮੈਰਿਕਾ ਵਰਗੇ ਮੁਲਕ ਉਹਨਾਂ ਦੀਆਂ ਤਾਰੀਫਾਂ ਕਰਨੋਂ ਨਹੀਂ ਹਟਦੇ, ਔਰ ਇਹਨਾਂ ਨੂੰ ਆਪਣੇ ਜਿਹੜੇ ਘਪਲੇ ਆ ਲੁਕਾਉਣ ਲਈ ਇਹਨਾਂ ਨੇ ਪ੍ਰਧਾਨ ਮੰਤਰੀ 'ਤੇ ਫਿਲਮ ਬਣਾਤੀ ਹੈ, ਦਾ ਐਕਸੀਡੈਂਟ ਪ੍ਰਾਈਮ ਮਿਨਿਸਟਰ। ਅਸੀਂ ਸਰਕਾਰ ਤੋਂ, ਬੀਜੇਪੀ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਤੁਹਾਡਾ ਤੁਸੀਂ ਇੰਨੇ ਘਪਲੇ ਕੀਤੇ, ਤੁਸੀਂ ਉਹਨਾਂ ਨੂੰ ਉਜਾਗਰ ਕਰਨ ਲਈ ਇੱਕ ਜਿਹੜਾ ਫੈਂਕੂ ਪ੍ਰਧਾਨ ਮੰਤਰੀ, ਦੇਸ਼ ਦਾ ਚੌਂਕੀਦਾਰ, ਚੋਰ ਹੈ, ਉਸ ਨਾਂ 'ਤੇ ਕੋਈ ਫਿਲਮ ਬਣਾਓ। ਕਿਉਂਕਿ ਪ੍ਰਧਾਨ ਮੰਤਰੀ ਜਿਹੜੇ ਮਨਮੋਹਨ ਸਿੰਘ ਸੀਗੇ, ਸਾਬਕਾ ਪ੍ਰਧਾਨ ਮੰਤਰੀ, ਉਹਨਾਂ ਨੂੰ ਸੁਪਰੀਮ ਕੋਰਟ ਨੇ ਵੀ ਬਾਇਜ਼ਤ ਜਿਹੜੇ ਕੋਈ ਕੇਸ ਉਹਨਾਂ ਦੇ ਤੁਸੀਂ ਚਲਾਏ ਸੀ, ਉਹ ਵੀ ਉਹਨਾਂ ਨੇ ਬਰੀ ਕੀਤੇ ਆ। ਸੋ ਇਸ ਕਰਕੇ ਇਹੀ ਮੰਗ ਕਰਦੇ ਹਾਂ ਵੀ ਜਿਹੜੀ ਫਿਲਮ ਹੈ ਬੰਦ, ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ, ਨਹੀਂ ਤਾਂ ਇਹ ਪੰਜਾਬ ਦੇ ਹੋਰ ਸੂਬਿਆਂ ਦੇ ਵਿੱਚ ਵੀ ਇਹਨੂੰ ਅਸੀਂ ਜਥੇਬੰਦੀਆਂ ਨੂੰ ਨਾਲ ਲੈ ਕੇ ਪ੍ਰੋਟੈਸਟ ਕਰਾਂਗੇ। ਕਿਉਂਕਿ ਇੱਕ ਸਾਫ਼ ਛਵੀ ਵਾਲੇ ਪ੍ਰਧਾਨ ਮੰਤਰੀ ਹੈ, ਅਸੀਂ ਉਹਨਾਂ ਦੀ ਬੇਇੱਜ਼ਤੀ ਜਾਂ ਉਹਨਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ। ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਸਿਆਸਤ ਗਰਮਾ ਗਈ ਹੈ। ਕੈਪਟਨ ਅਮਰਿੰਦਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਨਰਿੰਦਰ ਮੋਦੀ ਸਾਹਿਬ ਤੋਂ ਮੰਗ ਕਰ ਰਹੇ ਨੇ ਕਿ ਸਾਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜ਼ਰੂਰੀ ਪੈਸਾ ਭੇਜਿਆ ਜਾਵੇ ਅਤੇ ਗੁਰੂ ਸਾਹਿਬ ਦੇ 550ਵੇਂ ਗੁਰਪੁਰਬ ਦੇ ਸੰਬੰਧ ਵਿੱਚ ਵੀ ਪੈਸੇ ਜਾਰੀ ਕੀਤੇ ਜਾਣ। ਜਦਕਿ ਬੀਬੀ ਹਰਸਿਮਰਤ ਕੌਰ ਦਾ ਇਲਜ਼ਾਮ ਹੈ ਕਿ ਸੂਬਾ ਸਰਕਾਰ, ਕਾਂਗਰਸ ਸਰਕਾਰ ਲਾਂਘੇ ਉੱਪਰ ਸਿਰਫ ਸਿਆਸਤ ਕਰ ਰਹੀ ਹੈ। ਸੁਖਬੀਰ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਪਹਿਲਾਂ ਜ਼ਮੀਨ ਅਕੁਆਇਰ ਕਰੇ, ਉਸ ਤੋਂ ਬਾਅਦ ਕੇਂਦਰ ਆਪਣਾ ਪੈਸਾ ਭੇਜਣ ਲਈ ਤਿਆਰ ਹੈ। ਜਦਕਿ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਫੌਰੀ ਤੌਰ 'ਤੇ ਵੱਖ ਵੱਖ ਕੰਮਾਂ ਲਈ ਪੈਸਾ ਭੇਜਿਆ ਜਾਣਾ ਜ਼ਰੂਰੀ ਹੈ। ਇਸੇ ਕੜੀ ਵਿੱਚ ਅੱਜ ਫਿਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ 'ਤੇ ਤਿੱਖੇ ਨਿਸ਼ਾਨੇ ਲਾਏ ਗਏ। ਕੈਪਟਨ ਅਮਰਿੰਦਰ ਦੇ ਹਵਾਲੇ ਨਾਲ ਇਸ ਟਵੀਟ ਵਿੱਚ ਕਿਹਾ ਗਿਆ ਹੈ ਕਿ ਗੇਂਦ ਪੂਰੀ ਤਰ੍ਹਾਂ ਨਾਲ ਕੇਂਦਰ ਦੇ ਪਾਲੇ ਵਿੱਚ ਹੈ ਅਤੇ ਸੂਬਾ ਸਰਕਾਰ ਨੇ ਇਸ ਮਸਲੇ ਉੱਤੇ 11 ਦਿਨ ਪਹਿਲਾਂ ਹੀ ਗ੍ਰਹਿ ਮੰਤਰਾਲੇ ਨੂੰ ਯਾਦ ਪੱਤਰ ਭੇਜ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਲਈ ਇਸ ਅਤਿ ਮਹੱਤਵਪੂਰਨ ਧਾਰਮਿਕ ਮੁੱਦੇ ਉੱਤੇ ਹਰਸਿਮਰਤ ਬਾਦਲ ਨੇ ਬਿਨਾਂ ਕੋਈ ਜਾਣਕਾਰੀ ਹਾਸਲ ਕੀਤੇ ਅੱਲ ਪਟੱਲ ਮਾਰੇ ਨੇ, ਜਿਸ ਨਾਲ ਉਹ ਆਪਣੇ ਭਰਮ ਫੈਲਾਉਣ ਵਾਲੇ ਬਿਆਨਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਅਕਾਲੀ ਦਲ ਨੇ ਅਤੇ ਹਰਸਿਮਰਤ ਕੌਰ ਬਾਦਲ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਇੱਕ ਮਿੰਟ, ਪੈਸੇ ਇਹਨਾਂ ਨੂੰ ਕੌਣ ਦਊਗਾ? ਪੈਸੇ ਜਿਹਦੀ ਜ਼ਮੀਨ ਹੈ ਉਹਦੇ ਖਾਤੇ 'ਚ ਜਾਊਗਾ? ਇਹਨਾਂ ਨੂੰ ਕੌਣ? ਮੈਂ ਹੈਰਾਨ ਹਾਂ, ਇਹ ਕੈਪਟਨ, ਇਹ ਮੁੱਖ ਮੰਤਰੀ ਹੈਗੇ ਇੱਕ ਸਟੇਟ ਦੇ, ਇਹਨਾਂ ਨੂੰ ਆਹੀ ਨਹੀਂ ਪਤਾ ਬੇਸਿਕ ਕਿ ਲੈਂਡ ਅਕਵਾਇਰ ਸੈਂਟਰਲ ਗਵਰਨਮੈਂਟ ਕਰਦੀ ਹੈ ਅਤੇ ਜਿਹਦਾ ਲੈਂਡ ਹੈ ਉਹਨੂੰ ਪੈਸੇ ਜਾਂਦੇ ਨੇ, ਸਟੇਟ ਨੂੰ ਕੌਣ ਪੈਸੇ ਦਿੰਦਾ? ਉਹ ਤਾਂ ਉਹੀ ਹੋ ਜਾਊਗਾ ਜਿਹੜਾ ਸਕੋਲਰਸ਼ਿਪਸ ਦਾ ਪੈਸੇ ਵਰਦੀਆਂ ਦੇ ਆਏ ਨੇ ਬੱਚਿਆਂ ਦੇ, ਉਹ ਠੁੱਠਰ ਰਹੇ ਨੇ ਸਰਦੀ 'ਚ, ਅਤੇ ਸਰਕਾਰ ਨੇ ਪੈਸੇ ਕਿੱਥੇ ਭੇਜਦੇ? ਆਪਾਂ ਇਹ ਕਰਨਾ ਹੈਗਾ?
ਸੋ ਕੈਪਟਨ ਸਾਹਿਬ ਨੂੰ ਅੱਜ ਦੀ ਡੇਟ 'ਚ ਪੈਸੇ ਭੇਜੂਗਾ ਕੌਣ, ਕਿਉਂਕਿ ਖਜ਼ਾਨਾ ਖਾਲੀ ਕਰਕੇ ਇਹਨਾਂ ਨੇ ਲੁੱਟਣਾ ਹੈਗਾ। ਸੋ ਅਸੀਂ ਤਾਂ ਜਿਹੜੀ ਐਗਜ਼ੀਕਿਊਟਿੰਗ ਏਜੰਸੀ ਹੈਗੀ ਉਹ ਵੀ ਡਿਸਾਈਡ ਕਰਤਾ, ਨੈਸ਼ਨਲ ਹਾਈਵੇ ਵੀ ਡਿਸਾਈਡ ਕਰਤਾ, ਰੂਟ ਵੀ ਫਾਈਨਲਾਈਜ਼ ਕਰਤਾ, ਸਭ ਕੁਛ ਇਹਨਾਂ ਦੇ ਸਟੇਟ 'ਚ ਸਾਰਾ ਕੁਛ ਹੈ, ਅਤੇ ਕੈਪਟਨ ਸਾਹਿਬ ਨੂੰ ਆਪ ਖੁਦ ਪਤਾ ਹੀ ਨਹੀਂ ਹੈਗਾ। ਇਹਦੀ ਕਾਪੀਜ਼ ਹੈਗੀਆਂ, ਕਿੱਥੇ ਪੁੱਛੋਗੇ ਉਹ ਪਾਕਿਸਤਾਨ ਵਾਸਤੇ ਕਹਿ ਸਕਦੇ। ਮੈਂ ਤੁਹਾਨੂੰ ਆਹ ਦੱਸ ਸਕਦੀ ਹਾਂ ਕਿ ਸਾਡੀ ਸਰਕਾਰ ਕੋਰੀਡੋਰ ਬਣਾ ਕੇ ਰਹੂਗੀ, ਉਸ ਤੋਂ ਉਹ ਕੀ ਕਰਾ ਸਕਦੇ ਨੇ ਉਹ ਇਸ ਸਰਕਾਰ ਵਾਲੇ ਜਾਣਨ, ਕਿਉਂਕਿ ਸਾਡਾ ਬੱਸ ਉੱਥੇ ਤਾਂ ਚੱਲਦਾ ਨਹੀਂ। ਲੇਕਿਨ ਜਿਸ ਮੇਰੀ ਸਰਕਾਰ ਤਾਂ ਜਿੱਥੇ ਬੱਸ ਚੱਲਦਾ ਹੈ ਇਹ ਸਪੀਡ ਤੁਸੀਂ ਆਪ ਦੇਖੇ, ਸਰਕਾਰੀ ਕੰਮਕਾਜ ਇੱਕ ਪੰਜਾਬ ਦਾ ਦੇਖ ਲਓ, ਇੱਕ ਪ੍ਰੋਜੈਕਟ ਦਾ, ਇਹ ਕੋਰੀਡੋਰ ਦਾ ਕੰਮ ਦੇਖ ਲਓ, ਤੁਸੀਂ 2 ਮਹੀਨੇ ਅਜੇ ਪੂਰੇ ਹੋਏ ਨਹੀਂ ਹੈ, ਐਂਡ ਖਸਰਾ ਨੰਬਰ ਦੇ ਕੇ ਸਾਰਾ ਕੰਮ ਹੁਣ ਸਟੇਟ ਗਵਰਨਮੈਂਟ ਦੇ ਹਵਾਲੇ ਹੋ ਜਾਓ, ਕਿੰਨੀ ਛੇਤੀ ਤੁਸੀਂ ਅਕਵਾਇਰ ਕਰਕੇ ਸਾਨੂੰ ਭੇਜਦੇ ਹੋ ਕਿ ਕਿਹਨੂੰ ਕਿੰਨੇ ਪੈਸੇ ਭੇਜਣੇ, ਦਾ ਮਨੀ ਵਿਲ ਬੀ ਰਿਲੀਜ਼ਡ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਵਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਚਿੱਠੀ ਵਿੱਚ ਪੰਜਾਬ ਦੇ ਕਿਸਾਨਾਂ ਦਾ ਦਰਦ ਬਿਆਨ ਕੀਤਾ ਹੈ। ਚੋਣਾਂ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਵੀ ਮਹਿਸੂਸ ਕਰ ਰਹੇ ਨੇ ਕਿ ਨਰਿੰਦਰ ਮੋਦੀ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਨ। ਉਹਨਾਂ ਨਰਿੰਦਰ ਮੋਦੀ ਤੋਂ ਅਪੀਲ ਕੀਤੀ ਹੈ ਕਿ ਉਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੇ ਯਤਨ ਕਰਨ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਡੁੱਬਦੀ ਕਿਸਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ। ਉਹਨਾਂ ਨੇ ਇਹ ਵੀ ਲਿਖਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਉਤਪਾਦਨ ਸਬਸਿਡੀ ਵਜੋਂ ਮਾਲੀ ਸਹਾਇਤਾ ਦਿੱਤੇ ਜਾਣ 'ਤੇ ਵੀ ਵਿਚਾਰ ਹੋਣਾ ਚਾਹੀਦਾ। ਕੁੱਲ ਮਿਲਾ ਕੇ ਉਹਨਾਂ ਨੇ ਸੂਬੇ ਦੀ ਖੇਤੀ ਲਈ ਅਤੇ ਆਰਥਿਕਤਾ ਬਚਾਉਣ ਲਈ ਪੈਕੇਜ ਦੀ ਮੰਗ ਕਰ ਦਿੱਤੀ ਹੈ। ਰੋਹਤਕ ਦੀ ਅਰਨੀਆਂ ਜੇਲ੍ਹ ਵਿੱਚ ਬੰਦ ਬਲਾਤਕਾਰੀ ਗੁਰਮੀਤ ਨੂੰ ਪੱਤਰਕਾਰ ਛਤਰਪਤੀ ਦੇ ਮਾਮਲੇ ਵਿੱਚ ਵੀ ਦੋਸ਼ੀ ਐਲਾਨ ਦਿੱਤਾ ਗਿਆ। ਗੁਰਮੀਤ ਦੇ ਸਣੇ ਕੁਝ ਹੋਰ ਲੋਕਾਂ ਨੂੰ ਵੀ ਇਸ ਕਤਲਕਾਂਡ ਲਈ ਜ਼ਿੰਮੇਦਾਰ ਠਹਿਰਾਇਆ ਗਿਆ। ਕਾਬਲੇ ਜ਼ਿਕਰ ਹੈ 17 ਵਰੇ ਪਹਿਲਾਂ ਛਤਰਪਤੀ ਪੱਤਰਕਾਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਪੱਤਰਕਾਰ ਨੇ ਆਪਣੇ ਅਖਬਾਰ ਵਿੱਚ ਬਲਾਤਕਾਰੀ ਗੁਰਮੀਤ ਬਾਰੇ ਕਈ ਵੱਡੇ ਵੱਡੇ ਖੁਲਾਸੇ ਕੀਤੇ ਸਨ। 17 ਜਨਵਰੀ ਨੂੰ ਅਦਾਲਤ ਇਸ ਮਾਮਲੇ ਵਿੱਚ ਕੇਸ ਸੁਣਾਏਗੀ। ਬਹੁਤ ਸਾਰੇ ਲੋਕ ਮੰਗ ਕਰ ਰਹੇ ਨੇ ਕਿ ਬਲਾਤਕਾਰੀ ਗੁਰਮੀਤ ਨੂੰ ਇਸ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਜਿਹੜੀ ਅੱਜ ਡੇਰਾ ਸਰਸੇ ਵਾਲੇ ਬਾਬੇ ਦੀ ਪੰਚਕੂਲਾ CBI ਕੋਰਟ ਦੇ ਵਿੱਚ ਪੇਸ਼ੀ ਹੈ, ਪੇਸ਼ੀ ਸੰਬੰਧੀ, ਅਤੇ ਜਿਹੜਾ ਪੰਜਾਬ ਅਤੇ ਹਰਿਆਣਾ ਨੂੰ ਹਾਈ ਅਲਰਟ 'ਤੇ ਹੈ, ਹਾਈ ਅਲਰਟ ਕੀਤਾ ਗਿਆ ਹੈ, ਜੋ ਰਾਤ ਤੋਂ ਹੀ ਭਾਰੀ ਫੋਰਸ ਦੇ ਨਾਲ ਅਸੀਂ ਨਾਕਾਬੰਦੀ ਅਤੇ ਗਸਤਾਂ ਨਾਲ ਸਾਰਾ ਏਰੀਆ, ਸਾਰੇ ਜਿਹੜੇ ਵਰਨੇਬਲ ਪੁਆਇੰਟ ਨੇ, ਗ੍ਰਿੱਡ ਹੋਏ, BSNL ਐਕਸਚੇਂਜ ਹੋਈ ਅਤੇ ਹੋਰ ਵੀ ਜਿਹੜੀ ਸਰਕਾਰੀ ਦਫ਼ਤਰ ਅਦਾਰੇ ਨੇ, ਉਹ ਸਾਰਿਆਂ ਨੂੰ ਅਸੀਂ 2-2-3-3 ਬੰਦੇ ਹਥਿਆਰਬੰਦ ਫੋਰਸ ਲਾ ਕੇ ਸਾਰਿਆਂ ਨੂੰ ਕਵਰ ਕੀਤਾ ਹੋਇਆ ਹੈ। ਅਤੇ ਬਾਕੀ ਪੂਰੇ ਇਲਾਕੇ ਦੇ ਵਿੱਚ ਮੇਨ ਰੋਡਾਂ 'ਤੇ ਵੱਡੇ ਨਾਕੇ ਲਾ ਕੇ ਅਤੇ ਵੱਡੀਆਂ ਗਸਤਾਂ ਲਾ ਕੇ ਭਾਰੀ ਰਿਜ਼ਰਵ ਫੋਰਸ ਦੇ ਨਾਲ ਸਾਰਾ ਏਰੀਆ ਜਿਹੜਾ ਉਹ ਕਵਰ ਕੀਤਾ ਹੋਇਆ ਹੈ। ਕਿਉਂਕਿ ਅੱਜ ਫਿਰ ਬਾਬੇ ਦੀ ਜਿਹੜੀ ਉਸੇ ਕੋਰਟ ਦੇ ਵਿੱਚ ਜਿਹੜਾ ਛਤਰਪਤੀ ਪ੍ਰੈਸ ਵਾਲਾ ਸੀਗਾ, ਉਸ ਕਾਂਡ ਦੇ ਵਿੱਚ ਉਹਦੀ ਅੱਜ ਸੁਣਵਾਈ ਹੈ ਫਾਈਨਲ, ਅਤੇ ਇਸ ਕਰਕੇ ਕੋਈ ਤਾਂ ਕਿ ਅਨਵਾਂਟਡ ਘਟਨਾ ਨਾ ਵਾਪਰੇ। ਉੱਧਰ ਅਕਾਲੀ ਆਗੂ ਭਾਈ ਅਮਰੀਕ ਸਿੰਘ ਅਜਨਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਰਿਵਾਰਕ ਪਾਰਟੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਬਹੁਤ ਸੋਚ ਸਮਝ ਕੇ ਲੋਕ ਸਭਾ ਚੋਣਾਂ ਦੌਰਾਨ ਆਪਣੀ ਵੋਟ ਦੀ ਵਰਤੋਂ ਕਰਨ। ਉਹਨਾਂ ਇਹ ਵੀ ਕਿਹਾ ਕਿ ਨਵਾਂ ਅਕਾਲੀ ਦਲ ਬਣਾਉਣਾ ਬਹੁਤ ਲਾਜ਼ਮੀ ਹੈ। ਭਾਈ ਅਮਰੀਕ ਸਿੰਘ ਅਜਨਾਲਾ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਆਉਣ ਵਾਲੀਆਂ ਪਾਰਲੀਮੈਂਟ ਦੀਆਂ ਚੋਣਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਵਾਂ ਅਕਾਲੀ ਦਲ ਬਣਾ ਕਰਕੇ ਲੜੀਆਂ ਜਾਣ, ਤਾਂ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਇੱਕ ਬਾਦਲ ਦੇ ਪਰਿਵਾਰ ਦੇ ਕਬਜ਼ੇ ਥੱਲੇ ਆਇਆ,
ਉਸ ਦੇ ਕੋਲੋਂ ਆਜ਼ਾਦ ਕਰਵਾਇਆ ਜਾਵੇ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਨੌਜਵਾਨੀ ਪੰਥ ਨੂੰ ਬਚਾਇਆ ਜਾਵੇ ਅਤੇ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਬਹਾਲ ਕੀਤਾ ਜਾਵੇ। ਹਰ ਇੱਕ ਸਿੱਖ ਦੀ ਮਨ ਦੀ ਇੱਛਾ ਕਿ ਇੱਕ ਪਾਰਟੀ ਰਾਜਨੀਤਿਕ ਬਾਦਲ ਦਾ ਰਹਿ ਗਿਆ, ਦੂਜੇ ਪਾਸੇ ਕਾਂਗਰਸ ਰਹਿ ਗਈ ਆ, ਤੀਜਾ ਫੇਰ ਬਦਲ, ਤੀਜੀ ਪਾਰਟੀ ਹਰ ਇੱਕ ਸਿੱਖ ਚਾਹੁੰਦਾ। ਪਰ ਜੇਕਰ ਸਾਡੇ ਇਹ ਮਨਾਂ ਦੀ ਇੱਛਾ, ਅਸੀਂ ਸਾਰੀਆਂ ਧਾਰਮਿਕ ਜਥੇਬੰਦੀਆਂ ਦੀ ਜੋ ਅੱਜ ਇਕੱਤਰਤਾ ਹੋਈ ਆ, ਸਾਰਿਆਂ ਨੂੰ ਅਪੀਲ ਕਰਦੇ ਹਾਂ ਇੱਕ ਮੰਚ 'ਤੇ ਇਕੱਤਰ ਹੋ ਕਰਕੇ ਆਉਣ ਵਾਲੇ ਸਮੇਂ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਲੜੀਆਂ ਜਾਣ, ਤਾਂ ਕਿ ਬਾਦਲ ਨੂੰ ਇਸ ਅਕਾਲੀ ਦਲ ਤੋਂ ਭਾਂਜ ਦਿੱਤੀ ਜਾਵੇ, ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾਈ ਜਾਵੇ, ਸ਼੍ਰੋਮਣੀ ਅਕਾਲੀ ਦਲ ਨਵਾਂ ਬਣਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਫਿਰ ਸੁਰਜੀਤ ਕੀਤਾ ਜਾਵੇ। ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਪੰਜਾਬ ਦੇ ਵਿਧਾਇਕਾਂ ਲਈ ਲਾਜ਼ਮੀ ਫੰਡ ਵਿਕਾਸ ਕੰਮਾਂ ਦੇ ਲਈ ਰੱਖਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਵਿਧਾਇਕ ਕੋਲ ਅਖਤਿਆਰੀ ਫੰਡ ਨਹੀਂ ਨੇ, ਜਿਸ ਕਰਕੇ ਉਹ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਅੰਜਾਮ ਦੇ ਸਕੇ। ਕਾਬਲੇ ਜ਼ਿਕਰ ਹੈ, ਪਾਰਲੀਮੈਂਟ ਮੈਂਬਰਾਂ ਨੂੰ ਕਰੋੜਾਂ ਰੁਪਏ ਦੇ ਫੰਡ ਮਿਲਦੇ ਨੇ, ਜਦਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੀ 2 ਕਰੋੜ ਤੋਂ ਵਧਾ ਕੇ ਹੁਣ 19 ਕਰੋੜ ਰੁਪਏ ਪ੍ਰਤੀ ਸਾਲ ਆਪਣੇ ਵਿਧਾਇਕਾਂ ਨੂੰ ਫੰਡ ਵਰਤਣ ਦੀ ਖੁੱਲ ਦੇ ਰਹੀ ਹੈ। ਕਾਬਲੇ ਜ਼ਿਕਰ ਹੈ, ਇਸ ਤੋਂ ਪਹਿਲਾਂ ਕੰਵਰ ਸੰਧੂ ਵੀ ਇਹ ਮੰਗ ਕਰ ਚੁੱਕੇ ਨੇ ਕਿ ਪੰਜਾਬ ਦੇ ਵਿਧਾਇਕਾਂ ਨੂੰ ਵੀ ਫੰਡ ਦਿੱਤੇ ਜਾਣ। ਕਾਬਲੇ ਜ਼ਿਕਰ ਹੈ ਕਿ ਨਗਰ ਨਿਗਮ ਦੇ ਕੌਂਸਲਰਾਂ ਨੂੰ ਵੀ ਫੰਡ ਦਿੱਤੇ ਜਾਂਦੇ ਨੇ, ਤਾਂ ਕਿ ਉਹ ਆਪਣੇ ਇਸ ਫੰਡ ਰਾਹੀਂ ਆਪਣੇ ਹਲਕੇ ਦਾ ਵਿਕਾਸ ਕਰ ਸਕਣ। ਸੂਬਾ ਸਰਕਾਰ ਵੱਲੋਂ ਨਵੇਂ ਚੁਣੇ ਗਏ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਇੱਕ ਪੰਜਾਬ ਪੱਧਰੀ ਸਮਾਗਮ ਦਾ ਪ੍ਰਬੰਧ ਪਟਿਆਲਾ ਵਿੱਚ ਕੀਤਾ ਗਿਆ, ਜਿਸ ਵਿੱਚ ਪੰਚਾਂ ਅਤੇ ਸਰਪੰਚਾਂ ਨੂੰ ਸਹੁੰ ਚੁਕਾਉਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਚੇਚੇ ਤੌਰ 'ਤੇ ਮੌਜੂਦ ਰਹੇ। ਇਸ ਮੌਕੇ ਸਾਬਕਾ ਕੈਬਨਿਟ ਵਿਦੇਸ਼ ਰਾਜ ਮੰਤਰੀ ਬੀਬੀ ਪ੍ਰਨੀਤ ਕੌਰ ਵੀ ਸ਼ਾਮਲ ਰਹੇ। ਇਸ ਮੌਕੇ ਪੰਜਾਬ ਦੀ ਸਰਕਾਰ ਦੇ ਕਈ ਕੈਬਨਿਟ ਮੰਤਰੀ ਮੌਜੂਦ ਰਹੇ, ਜਿਨ੍ਹਾਂ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ, ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਨਾਮ ਵੀ ਸ਼ਾਮਲ ਨੇ। ਇਸ ਮੌਕੇ ਨਵੇਂ ਚੁਣੇ ਗਏ ਪੰਚਾਂ ਅਤੇ ਸਰਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਆਗੂਆਂ ਨੇ ਚੁਣੇ ਹੋਏ ਸਰਪੰਚਾਂ ਅਤੇ ਪੰਚਾਂ ਨੂੰ ਵਧਾਈ ਦਿੱਤੀ। ਉੱਧਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੀ ਪੰਚਾਂ ਅਤੇ ਸਰਪੰਚਾਂ ਨੂੰ ਸਹੁੰ ਚੁਕਾਉਣ ਦੇ ਸਮਾਗਮ ਹੋਏ। ਬਠਿੰਡਾ, ਬਰਨਾਲਾ ਅਤੇ ਜਲੰਧਰ ਵਿੱਚ ਵੀ ਅਜਿਹੇ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਸਥਾਨਕ ਵਿਧਾਇਕਾਂ ਅਤੇ ਮੰਤਰੀਆਂ ਦੀ ਮੌਜੂਦਗੀ ਦੇ ਵਿੱਚ ਸਹੁੰ ਚੁਕਾਈਆਂ ਗਈਆਂ। ਬਠਿੰਡਾ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਮੌਜੂਦ ਰਹੇ। ਕਾਂਗਰਸ ਪਾਰਟੀ ਦੀ ਸਰਕਾਰ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਜੋਂ 11 ਤੇ 12 ਤਰੀਕ 2 ਦਿਨਾਂ ਦੇ ਵਿੱਚ ਸਮੁੱਚੇ ਪੰਜਾਬ ਵਿੱਚ ਜਿੱਤੇ ਹੋਏ ਜ਼ਿਲ੍ਹਾ ਪਰਿਸ਼ਦ ਮੈਂਬਰ ਸਾਹਿਬਾਨ, ਬਲਾਕ ਸੰਮਤੀ ਮੈਂਬਰ ਸਾਹਿਬਾਨ, ਸਰਪੰਚ ਸਾਹਿਬਾਨ ਅਤੇ ਮੈਂਬਰ ਸਾਹਿਬਾਨਾਂ ਨੂੰ ਸਹੁੰ ਚੁੱਕ ਦਾ ਸਮਾਗਮ ਸਮੁੱਚੇ ਪੰਜਾਬ ਵਿੱਚ ਲਿਖਿਆ ਗਿਆ, ਤਾਂ ਕਿ ਇਹ ਲੋਕ ਜਿਹੜੇ ਆਪਣੀ ਮਿਹਨਤ ਨਾਲ ਬਿਨਾਂ ਕੋਈ ਧੱਕੇਸ਼ਾਹੀ ਤੋਂ ਇਮਾਨਦਾਰੀ ਅਤੇ ਸੱਚਾਈ ਨਾਲ ਜਿੱਤ ਕੇ ਇਸ ਪੰਚਾਇਤੀ ਰਾਜ ਸਿਸਟਮ ਦਾ ਹਿੱਸਾ ਬਣੇ, ਕਾਂਗਰਸ ਪਾਰਟੀ ਦੀ ਸਰਕਾਰ ਦਾ ਹਿੱਸਾ ਬਣੇ ਹੈ, ਉਹ ਲੋਕ ਆਪਣੀ ਜ਼ਿੰਮੇਵਾਰੀ ਦੇ ਨਾਲ ਆਉਣ ਵਾਲੇ ਸਮੇਂ 'ਚ ਆਪਣਾ ਕੰਮ ਕਰ ਸਕਣ ਔਰ 5 ਸਾਲ ਦੇ ਸਮੇਂ 'ਚ ਜਿਸ
ਸੋਚ ਨਾਲ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਚੁਣਿਆ, ਉਸ ਜ਼ਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾ ਸਕਣ। ਜੋ ਪੰਚਾਇਤ ਸਮਿਤੀ ਦੇ ਮੈਂਬਰ ਚੁਣੇ ਗਏ ਸੀ, ਅੱਜ ਪੰਜਾਬ ਸਰਕਾਰ ਵੱਲੋਂ ਸਹੁੰ ਚੁੱਕ ਸਮਾਗਮ ਸੀ। ਮੈਂ ਆਪਣੇ ਵੱਲੋਂ, ਅਸੀਂ ਸਾਰਿਆਂ ਨੇ ਜਿੰਨੇ ਇੱਥੇ ਸਰਪੰਚ ਸਾਹਿਬਾਨ ਚੁਣ ਕੇ ਆਏ ਸੀ, ਪੰਚ ਸਾਹਿਬਾਨ ਚੁਣ ਕੇ ਆਏ ਸੀ, ਬਲਾਕ ਸਮਿਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ, ਸਾਰਿਆਂ ਨੇ ਸਹੁੰ ਚੁੱਕੀ ਹੈ ਕਿ ਅਸੀਂ ਆਪਣੇ ਪਿੰਡ ਨੂੰ ਤਰੱਕੀ ਦੀਆਂ ਲੀਹਾਂ 'ਤੇ ਲੈ ਕੇ ਜਾਵਾਂਗੇ, ਵਿਕਾਸ ਦੇ ਕੰਮ ਕਰਾਂਗੇ। ਇਸ ਦੇ ਨਾਲ ਹੀ ਅੱਜ ਇੱਕ ਜਿਹੜਾ ਨਸ਼ਿਆਂ ਦੇ ਵਿਰੁੱਧ ਵੀ ਸਹੁੰ ਖਾਧੀ ਹੈ, ਉਹ ਵੀ ਅਸੀਂ ਆਪਦੀ ਜ਼ਿੰਮੇਵਾਰੀ ਦੇ ਨਾਲ ਨਿਭਾਵਾਂਗੇ। ਜੋ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਵੀ ਨਸ਼ਾ ਮੁਕਤ ਪੰਜਾਬ ਬਣਾਵਾਂਗੇ, ਅਸੀਂ ਆਪਣੇ ਪਿੰਡ ਨੂੰ ਜਿੱਥੇ ਵਿਕਾਸ ਪੱਖੋਂ ਸਾਫ਼ ਸੁਥਰਾ ਬਣਾਵਾਂਗੇ। ਉੱਧਰ ਰੂਪਨਗਰ ਦੇ MLA ਅਮਰਜੀਤ ਸਿੰਘ ਸੰਧੋਆ ਨੇ ਕਿਹਾ ਕਿ ਆਮ ਲੋਕ ਵੀ ਪ੍ਰਦੂਸ਼ਣ ਦੀ ਰੋਕਥਾਮ ਵਿੱਚ ਯੋਗਦਾਨ ਨਹੀਂ ਪਾ ਰਹੇ। ਉਹਨਾਂ ਕਿਹਾ ਕਿ ਮਨਮਰਜ਼ੀ ਨਾਲ ਕੂੜਾ ਕਰਕਟ ਫੈਲਾਇਆ ਜਾ ਰਿਹਾ ਅਤੇ ਪ੍ਰਦੂਸ਼ਣ ਵਿਰੋਧੀ ਕਾਨੂੰਨਾਂ ਦੀ ਵੀ ਪਾਲਣਾ ਨਹੀਂ ਹੋ ਰਹੀ ਹੈ। ਉਹਨਾਂ ਕਿਹਾ ਕਿ ਕੂੜਾ ਅਤੇ ਪੋਲੀਥਨ ਨੂੰ ਸਾੜ ਕੇ ਹਵਾ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ। ਉਹਨਾਂ ਮੰਗ ਕੀਤੀ ਕਿ ਅਸੀਂ ਸਾਰੇ ਆਮ ਲੋਕ ਮਿਲ ਕੇ ਇਕੱਠੇ ਹੋਈਏ ਅਤੇ ਅਸੀਂ ਪ੍ਰਣ ਕਰੀਏ ਕਿ ਅਸੀਂ ਵੀ ਕੂੜਾ ਕਰਕਟ ਨੂੰ ਨਹੀਂ ਸਾੜਾਂਗੇ ਬਲਕਿ ਵਾਤਾਵਰਨ ਨੂੰ ਸਾਂਭਾਂਗੇ। ਦੇਖੋ ਪਹਿਲਾਂ ਜੀ, ਬੜੀ ਨਿੰਦਣਯੋਗ ਗੱਲ ਹੈ, ਜਿਹੜੇ ਪ੍ਰੈਸ ਵਾਲਿਆਂ ਦੇ ਕੈਮਰੇ ਉਹਨਾਂ ਨੇ ਸੁੱਟੇ ਹੈ। ਪ੍ਰੈਸਾਂ ਦਾ ਕੰਮ ਹੈ ਕਵਰੇਜ ਕਰਨਾ, ਕੋਈ ਵੀ ਸੰਸਥਾ ਹੋਵੇ, ਕੋਈ ਪੋਲੀਟੀਕਲ ਲੋਕ ਹੋਣ, ਕੋਈ ਅਫਸਰ ਸ਼ਾਹੀ ਹੋਵੇ, ਪ੍ਰੈਸ ਦਾ ਕੰਮ ਹੈ ਉਹਨਾਂ ਨੂੰ ਕਵਰੇਜ ਕਰਨਾ। ਜਿਹੜੇ ਉਹਨਾਂ ਨੇ ਇਹ ਕਰਿਆ, ਉਹਨਾਂ ਦੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਔਰ ਅਸੀਂ ਤਾਂ ਕਹਿੰਦੇ ਹਾਂ ਕਿ ਪ੍ਰਦੂਸ਼ਣ ਰੋਕਣਾ ਹੈ, ਅੱਗ ਲਾ ਕੇ, ਪਰ ਉਹਨਾਂ ਨੇ ਅੱਜ ਪ੍ਰਦੂਸ਼ਣ ਫੈਲਾਇਆ ਹੈ। ਮੈਂ ਪ੍ਰਸ਼ਾਸਨ ਨੂੰ, ਤੁਹਾਡੇ ਮੀਡੀਆ ਰਾਹੀਂ ਬੇਨਤੀ ਕਰਦਾ ਹੈ, ਵੈਸੇ ਵੀ ਮੈਂ DC ਸਾਹਿਬ ਨੂੰ ਫੋਨ ਕਰਦਾਂਗਾ ਕਿ ਉਹਨਾਂ ਲੋਕਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਪ੍ਰਦੂਸ਼ਣ ਨੂੰ ਜ਼ਿਆਦਾ ਫੈਲਾ ਰਹੇ ਹੈ, ਜਿਨ੍ਹਾਂ ਨੇ ਰੋਪੜ ਸ਼ਹਿਰ ਦੇ ਵਿੱਚ ਹੀ ਲਾ ਕੇ ਉਹਨਾਂ ਨੂੰ ਅੱਗ ਲਾਈ ਹੈ। ਬਹੁਤ ਨਿੰਦਣਯੋਗ ਹੈ। ਇਹ ਸਨ ਹੁਣ ਤੱਕ ਦੀਆਂ ਸਰਗਰਮੀਆਂ। ਨਵੀਆਂ ਅਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫਿਰ ਮੁਲਾਕਾਤ ਹੋਏਗੀ। ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ। ਧੰਨਵਾਦ।